ਹੈਲੋ ਜੀ, ਸਤਿ ਸ਼੍ਰੀ ਅਕਾਲ। ਕਿਵੇਂ ਤੁਸੀਂ ਸਾਰੇ ਜਾਣੇ? ਉਮੀਦ ਕਰਦੇ ਹਾਂ ਬਿਲਕੁਲ ਠੀਕ ਠਾਕ ਹੋਵੋਗੇ। ਹਾਂਜੀ, ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਬਹੁਤ ਹੀ ਫਾਈਨ ਕੁਆਲਿਟੀ ਦੀ ਕੋਟਨ ਤੇ ਬਹੁਤ ਹੀ ਸੋਹਣੇ ਪ੍ਰਿੰਟਸ ਰਹਿਣਗੇ, ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਵਿਦਆਊਟ ਲਾਈਨਿੰਗ ਬਣਨ ਵਾਲੇ ਸੂਟਸ ਨੇ, ਗਰਮੀ ਦੇ ਵਿੱਚ ਜਿੱਦਾਂ ਮਰਜ਼ੀ ਤੁਸੀਂ ਵੇਅਰ ਕਰ ਸਕਦੇ ਹੋ। ਹਾਂਜੀ, ਜਿਹੜੇ ਨਵੇਂ ਵਿਊਅਰਸ ਦੇਖਦੇ ਹੋ, ਕਹਿੰਦੇ ਹੁੰਦੇ ਕਿ ਸਾਨੂੰ ਨਹੀਂ ਪਤਾ ਚੱਲਦਾ ਤੁਸੀਂ ਕਿੱਥੋਂ, ਤਾਂ ਅਸੀਂ ਸ਼੍ਰੀ ਮੁਕਤਸਰ ਸਾਹਿਬ ਤੋਂ ਔਨਲਾਈਨ ਕੰਮ ਕਰਦੇ ਹਾਂ ਜੀ। ਤੁਸੀਂ ਇੱਕ ਦੋ ਵੀਡੀਓਜ਼ ਦੇਖ ਲਿਆ ਕਰੋ, ਇੱਕ ਦੋ ਵੀਡੀਓ ਛੱਡ ਕੇ ਹੀ ਸਾਡਾ ਦੱਸਿਆ ਹੀ ਹੁੰਦਾ ਮੋਸਟਲੀ ਹਰ ਵੀਡੀਓ ਦੇ ਵਿੱਚ, ਠੀਕ ਹੈ ਜੀ। ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ, ਤੁਸੀਂ ਸਕਰੀਨ ਸ਼ੋਟ ਲੈ ਕੇ ਜੋ ਨੰਬਰ ਤੁਹਾਨੂੰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਉਸ ਦੇ ਉੱਪਰ ਵਟਸਐਪ ਮੈਸੇਜ ਕਰ ਦੇਣਾ। ਪਲੀਜ਼ ਯੂਟਿਊਬ ਤੇ ਫੇਸਬੁੱਕ ਤੇ ਮੈਸੇਜਸ ਦੀ ਵੇਟ ਨਾ ਕਰਿਆ ਕਰੋ। ਨੰਬਰ ਦੇਣ ਦਾ ਮਕਸਦ ਹੀ ਇਹ ਹੈ ਕਿ ਤੁਸੀਂ ਸਾਨੂੰ ਡਾਇਰੈਕਟ ਮੈਸੇਜ ਕਰੋ, ਠੀਕ ਹੈ ਜੀ। ਵਟਸਐਪ ਤੇ ਮੈਸੇਜ ਕਰਕੇ ਪਤਾ ਕਰ ਸਕਦੇ ਹੋ ਕੋਈ ਵੀ ਇਨਫੋਰਮੇਸ਼ਨ ਤੁਹਾਨੂੰ ਕਿਸੇ ਵੀ ਸੂਟ ਦੇ ਬਾਰੇ ਵਿੱਚ ਚਾਹੀਦੀ। ਹਾਂਜੀ, ਸਭ ਤੋਂ ਪਹਿਲਾਂ ਡਿਜੀਟਲ ਪ੍ਰਿੰਟ ਦੇ ਵਿੱਚ ਇਹ ਵਾਲਾ ਸੂਟ ਹੈ, ਇਸ ਤਰ੍ਹਾਂ ਦੇ ਨਾਲ ਮਿਕਸ ਜੇ ਕਲਰ ਰਹਿਣਗੇ ਸਾਰੇ। ਆਲ ਓਵਰ ਸੂਟਸ ਨੇ ਜੀ ਇਹ। ਹਾਂਜੀ, ਨੈਕਸਟ ਇਹ ਵਾਲਾ ਪ੍ਰਿੰਟ ਫਿਰੋਜ਼ੀ ਕਲਰ ਦੇ ਉੱਪਰ, ਠੀਕ ਹੈ ਜੀ। ਇਸ ਤਰ੍ਹਾਂ ਦੇ ਨਾਲ ਬਣਿਆ ਹੋਇਆ ਵਾਲਾ ਪ੍ਰਿੰਟ ਤੁਸੀਂ ਟਿਸਟਾ ਦੇ ਵਿੱਚ ਵੀ ਦੇਖਿਆ ਹੋਏਗਾ, ਤਾਂ ਹੁਣ ਤੁਹਾਡੇ ਬਜਟ ਵਾਲੇ ਸੂਟਾਂ ਦੇ ਵਿੱਚ ਵੀ ਸੇਮ ਪ੍ਰਿੰਟ ਹੈਗਾ ਜਿਹੜਾ ਤੁਹਾਨੂੰ ਮਿਲ ਜਾਏਗਾ। ਜਿੱਦਾਂ ਮਰਜ਼ੀ ਤੁਸੀਂ ਇਹਨਾਂ ਸੂਟਸ ਨੂੰ ਡਿਜ਼ਾਈਨ ਕਰਵਾ ਸਕਦੇ ਹੋ। ਹਾਂਜੀ, ਆਫ ਵਾਈਟ ਬੇਸ ਦੇ ਉੱਪਰ ਹੈ, ਇਸ ਤਰ੍ਹਾਂ ਦੇ ਨਾਲ ਬਣਿਆ ਹੋਇਆ। ਹਰ ਤਰ੍ਹਾਂ ਦਾ ਪ੍ਰਿੰਟ ਆਏਗਾ ਜੀ, ਮੀਡੀਅਮ ਪ੍ਰਿੰਟ ਵੀ ਆਉਣਗੇ ਇਸ ਤਰ੍ਹਾਂ ਦੇ ਨਾਲ, ਵੱਡੇ ਫਲਾਰੀ ਪ੍ਰਿੰਟ ਵੀ ਆਏ ਨੇ। ਸੋ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਆਪਣੀ ਚੋਇਸ ਦੇ ਅਕੋਰਡਿੰਗ ਤੁਸੀਂ ਸਕਰੀਨ ਸ਼ੋਟ ਲੈ ਕੇ ਆਪਾਂ ਨੂੰ ਭੇਜ ਦੇਣਾ। ਹਾਂਜੀ, ਇਹ ਵੀ ਬਹੁਤ ਸੋਹਣਾ ਪ੍ਰਿੰਟ ਹੈ, ਡਾਰਕ ਫਿਰੋਜ਼ੀ ਸ਼ੇਡ ਦੇ ਉੱਪਰ ਹੈ, ਇਸ ਤਰ੍ਹਾਂ ਦੇ ਨਾਲ ਬਣਿਆ ਹੋਇਆ। ਇਹਨਾਂ ਨੂੰ ਤੁਸੀਂ ਜਸਟ ਲੇਸਿਸ ਦੇ ਨਾਲ ਡਿਜ਼ਾਈਨ ਕਰਵਾ ਸਕਦੇ ਹੋ, ਕੋਈ ਪਾਈਪਿੰਗ ਵਗੈਰਾ ਕਢਵਾ ਸਕਦੇ ਹੋ, ਬਾਕੀ ਐਮਬਰੋਇਡਰੀ ਤਾਂ ਤੁਸੀਂ ਜਿਹੜੇ ਮਰਜ਼ੀ ਸੂਟ ਤੇ ਜਿਹੜੇ ਮਰਜ਼ੀ ਪ੍ਰਿੰਟ ਤੇ ਕਰਵਾ ਸਕਦੇ ਹੁੰਦੇ ਹੋ। ਹਾਂਜੀ, ਇਹ ਵੀ ਆਫ ਵਾਈਟ ਬੇਸ ਦੇ ਉੱਪਰ ਹੈ, ਪਹਿਲਾਂ ਵਾਲਾ ਜਿਹੜਾ ਆਪਾਂ ਤੁਹਾਨੂੰ ਪ੍ਰਿੰਟ ਦਿਖਾਇਆ ਸੀ ਉਸੇ ਦੇ ਵਿੱਚ ਇਹ ਕਲਰ ਹੈ, ਠੀਕ ਹੈ ਜੀ। ਜਿਹੜਾ ਵੀ ਇਹਨਾਂ ਦੇ ਵਿੱਚੋਂ ਦੋਨਾਂ ਚੋਂ ਕਲਰ ਪਸੰਦ ਆਉਂਦਾ ਤੁਸੀਂ ਸਿਲੈਕਟ ਕਰ ਸਕਦੇ ਹੋ। ਇਹ ਵਾਲਾ ਸੂਟ ਬਿਲਕੁਲ ਮਲਾਈ ਵਰਗਾ ਕੱਪੜਾ ਹੈ, ਬਹੁਤ ਜ਼ਿਆਦਾ ਸੋਹਣਾ ਕੱਪੜਾ, ਸੋਫਟ ਹੈ, ਗਰਮੀਆਂ ਦੇ ਵਿੱਚ ਆਰਾਮ ਦੇਣ ਵਾਲਾ ਕੱਪੜਾ, ਪਿਓਰ ਕੋਟਨ ਦੇ। ਇਹ ਹੈਗਾ ਪੱਤਿਆਂ ਵਾਲਾ ਪ੍ਰਿੰਟ ਬਣਿਆ ਹੋਇਆ ਇਸ ਤਰ੍ਹਾਂ ਦੇ ਨਾਲ, ਇਹ ਵੀ ਫਿਰੋਜ਼ੀ ਕਲਰ, ਥੋੜਾ ਸਕਾਈ ਦੇ ਵਿੱਚ ਹੈ। ਇਹ ਜੋ ਆਪਾਂ ਤੁਹਾਨੂੰ ਪਹਿਲਾਂ ਪ੍ਰਿੰਟ ਦਿਖਾਇਆ ਸੀ ਉਸ ਦੇ ਵਿੱਚ ਕਲਰ ਹੈ, ਗ੍ਰੇ ਕਲਰ ਹੈ, ਸੇਮ ਹੀ ਪ੍ਰਿੰਟ ਹੈ, ਬਸ ਕਲਰ ਦਾ ਡਿਫਰੈਂਸ। ਹਾਂਜੀ, ਅੱਗੇ ਵਾਲਾ ਪ੍ਰਿੰਟ ਹੈ, ਮਸਟਰਡ ਕਲਰ ਦੇ ਉੱਪਰ ਬਣਿਆ ਹੋਇਆ। ਇਸ ਦੇ ਵਿੱਚ ਤੁਸੀਂ ਅਨੀਅਨ ਸ਼ੇਡ ਦੀ, ਮਜੈਂਟਾ ਕਲਰ ਦੀ, ਜਿਹੜੀ ਮਰਜ਼ੀ ਡਿਜ਼ਾਇਨਿੰਗ ਕਰ ਸਕਦੇ ਹੋ। ਆਫ ਵਾਈਟ ਕਲਰ ਦੀ ਡਿਜ਼ਾਇਨਿੰਗ ਵੀ ਬਹੁਤ ਸੋਹਣੀ ਲੱਗਣੀ ਹੈ ਲੇਸਿਸ ਦੇ ਨਾਲ। ਇਹ ਵੀ ਗ੍ਰੇ ਕਲਰ ਹੈ ਜੀ, ਲੀਵਸ ਵਾਲਾ ਡਿਜ਼ਾਇਨ ਹੈ ਇਸ ਦੇ ਉੱਪਰ ਵੀ।
ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ। ਕੁਲਮੇ ਮਿਲਮੇ ਜੀ ਡਿਜ਼ਾਈਨ ਪਸੰਦ ਕਰਦੇ ਹੋ ਤਾਂ ਇਹ ਵਾਲਾ ਸੂਟ ਬਹੁਤ ਜ਼ਿਆਦਾ ਸੋਹਣਾ ਬਣਨਾ ਆ। ਨੈਕਸਟ ਇਹ ਮਸ਼ੀਨ ਇੰਬਰੋਇਡਰੀ ਦੇ ਸੂਟਸ ਨੇ ਜਿਹੜੇ ਅਜੇ ਸਟਿਚ ਹੋਣੇ ਨੇ, ਠੀਕ ਹੈ ਜੀ। ਇਸ ਤਰ੍ਹਾਂ ਦੇ ਨਾਲ ਘੇਰੇ ਦਾ ਕੰਮ ਆਉਂਦਾ ਇਹਦਾ, ਸਾਈਡ ਤੋਂ ਹੈਗਾ ਜਿਹੜਾ ਥੋੜ੍ਹਾ ਜਿਹਾ ਘੇਰਾ, ਪਲੇਨ ਛੱਡ ਕੇ ਲੇਸ ਲੱਗ ਜਾਂਦੀ ਹੈ। ਤੁਹਾਡੇ ਕੋਲ ਦੋ ਆਪਸ਼ਨਸ ਹੁੰਦੀਆਂ ਨੇ, ਤੁਸੀਂ ਇੱਥੇ ਟਾਈ ਡਾਈ ਦੀ ਲੇਸ ਵੀ ਲਗਾ ਸਕਦੇ ਹੋ ਪਲੇਨ ਦੁਪੱਟਾ ਲੈ ਕੇ ਕਲਰ ਦਾ, ਔਰ ਤੁਸੀਂ ਟਾਈ ਡਾਈ ਦਾ ਦੁਪੱਟਾ ਵੀ ਕਰਵਾ ਸਕਦੇ ਹੋ। ਇਹ ਆਪਾਂ ਸੂਟ ਜੋਰਜਟ ਤੇ ਰੈਡੀ ਕੀਤਾ ਹੈ, ਵੀ ਪੈਰਟ ਕਲਰ ਦੀ ਜੋਰਜਟ ਹੈ। ਇਸ ਤਰ੍ਹਾਂ ਦੇ ਨਾਲ ਆਪਾਂ ਇਹਦਾ ਰੱਖਿਆ ਹੋਇਆ ਨੈਕ ਡਿਜ਼ਾਈਨ, ਠੀਕ ਹੈ ਜੀ। ਇਹ ਸਾਰਾ ਨੈਕ ਦਾ ਡਿਜ਼ਾਈਨ ਆ ਜਾਣਾ ਅਤੇ ਸਾਰੇ ਦੇ ਵਿੱਚ ਇਹ ਵਾਲੀ ਪੈਟਰਨ ਦੀ ਹੈ ਜਿਹੜੀ ਸਪਰੈਡਿੰਗ ਆ ਜਾਣੀ ਹੈ ਇਸ ਤਰ੍ਹਾਂ ਦੇ ਨਾਲ। ਇਹ ਐਮਬਰੋਇਡਰੀ ਆਉਣੀ ਹੈ ਤੁਹਾਡੀ ਬਾਜੂ ਦੇ ਉੱਪਰ, ਅਤੇ ਇਸ ਤਰ੍ਹਾਂ ਦੇ ਨਾਲ ਤੁਹਾਡੀ ਬੋਟਮ 'ਤੇ ਕੰਮ ਆਏਗਾ, ਠੀਕ ਹੈ। ਤੁਸੀਂ ਬੋਟਮ 'ਤੇ ਕੰਮ ਕਰਵਾ ਵੀ ਸਕਦੇ ਹੋ, ਉਸਨੂੰ ਸਕਿੱਪ ਵੀ ਕਰਵਾ ਸਕਦੇ ਹੋ। ਦੁਪੱਟਿਆ ਵੀ ਆਪਾਂ ਨਾਲ ਰੱਖਿਆ ਹੋਇਆ ਬੈਂਬਰ ਜੋਰਜੱਟ ਦਾ, ਇਹਦੇ 'ਤੇ ਆਪਾਂ ਕੀ ਕੀਤਾ ਹੋਇਆ ਡਬਲ ਕਟਵਰਕ ਕੀਤਾ ਹੋਇਆ, ਸੈਂਟਰ ਦੇ ਵਿੱਚ ਹੈ ਜੋ ਮਟਰਮਾਲਾ ਦਾ ਕੰਮ ਹੋਇਆ, ਠੀਕ। ਅਗਰ ਤੁਸੀਂ ਸਿੰਪਲ ਕਟਵਰਕ ਨੂੰ ਨਹੀਂ ਲਾਈਕ ਕਰਦੇ ਦੈਨ ਤੁਸੀਂ ਇਸ ਤਰ੍ਹਾਂ ਦੇ ਨਾਲ ਕਰਵਾ ਸਕਦੇ ਹੋ, ਵੀ ਬਹੁਤ ਸੋਹਣਾ ਲੱਗਦਾ। ਇਹ ਡਿਜ਼ਾਇਨ ਬਣਾਇਆ ਹੋਇਆ ਜੀ ਆਪਾਂ ਐਸ ਕੇ ਦੇ ਸਟੱਫ ਦੇ ਉੱਪਰ। ਆਪਾਂ ਤੁਹਾਨੂੰ ਪਲੇਨ ਸਟੱਫ ਹੀ ਦਿਖਾ ਰਹੇ ਹਾਂ ਬਸ ਇੱਕ ਦੋ ਵੀਡੀਓਸ ਤੋਂ ਬਾਅਦ, ਠੀਕ ਹੈ। ਜਿੱਦਾਂ ਮਰਜ਼ੀ ਤੁਸੀਂ ਉਹਨਾਂ 'ਤੇ ਐਮਬਰੋਇਡਰੀ ਸੂਟਸ 'ਤੇ ਕਰਵਾ ਸਕਦੇ ਹੋ। ਇਹ ਤੁਹਾਡੀ ਬਾਜੂ 'ਤੇ ਆ ਜਾਣਾ ਡਿਜ਼ਾਇਨ, ਇਹ ਆਪਾਂ ਪਹਿਲਾਂ ਪ੍ਰਿੰਟਡ ਸੂਟਸ 'ਤੇ ਵੀ ਸ਼ੇਅਰ ਕੀਤਾ ਹੋਇਆ, ਠੀਕ ਹੈ। ਅਤੇ ਇਹ ਆ ਜਾਂਦਾ ਘੇਰੇ ਦਾ ਕੰਮ, ਪ੍ਰਿੰਟਡ 'ਤੇ ਵੀ ਕਰਵਾ ਸਕਦੇ ਹੋ ਤੁਸੀਂ, ਪਲੇਨ ਸਟੱਫ ਲਗਵਾ ਕੇ ਵੀ ਕਰਵਾ ਸਕਦੇ ਹੋ, ਐਂਡ ਪਲੇਨ ਕੱਪੜੇ 'ਤੇ ਕਰਵਾ ਸਕਦੇ ਹੋ ਜੀ। ਨੈਕਸਟ ਡੇ ਵਾਲੇ ਸੂਟਸ ਵੀ ਆਪਣੇ ਕੋਲ ਹੁਣ ਅਵੇਲੇਬਲ ਨੇ, ਅਗਰ ਤੁਸੀਂ ਇਹਨਾਂ ਨੂੰ ਪਰਚੇਜ ਕਰਨਾ ਚਾਹੁੰਦੇ ਹੋ। ਕਾਫੀ ਇਨਕੁਆਇਰੀਜ਼ ਸੀਗੀਆਂ, ਕੁਛ ਦੀ ਆਪਾਂ ਬੁਕਿੰਗਸ ਲੈ ਚੁੱਕੇ ਹਾਂ। ਇਸ ਤਰ੍ਹਾਂ ਦੇ ਨਾਲ ਬਾਰਡਰ ਹੈ, ਇਹ ਆਪਾਂ ਸ਼ੋਰਟ ਵੀਡੀਓ ਵੀ ਅਪਲੋਡ ਕੀਤੀ ਸੀ, ਲੌਂਗ ਵੀਡੀਓ ਦੇ ਵਿੱਚ ਵੀ ਦਿਖਾਇਆ ਸੀ। ਇਹ ਵਾਲਾ ਪੈਟਰਨ ਉੱਪਰ ਨੂੰ ਜਾ ਰਿਹਾ, ਠੀਕ ਹੈ ਜੀ। ਇਹ ਆ ਜਾਣਾ ਤੁਹਾਡੇ ਬੈਕ ਘੇਰੇ ਦਾ ਬਾਰਡਰ, ਅਤੇ ਇਹ ਵਾਲਾ ਜਿਹੜਾ ਇਹਦਾ ਸਾਰਾ ਤੁਹਾਡੀ ਬਾਜੂ ਦੇ ਉੱਪਰ ਰਹੇਗਾ। ਪਲੇਨ ਨਾਲ ਮਸਲੇਨ ਸਿਲਕ ਦੀ ਰਹੇਗੀ ਬੋਟਮ, ਇਹ ਰਹਿਣਾ ਨਾਲ ਦੁਪੱਟਾ, ਠੀਕ ਹੈ ਜੀ। ਇਹ ਵਾਲਾ ਦੁਪੱਟਾ ਆਏਗਾ ਨਾਲ, ਠੀਕ ਹੈ ਜੀ। ਫਿਰ ਅੱਜ ਵਾਲੀ ਵੀਡੀਓ ਦੇ ਵਿੱਚ ਇੰਨੇ ਸੂਟਸ, ਫਿਰ ਮਿਲਾਂਗੇ ਆਪਾਂ ਤੁਹਾਨੂੰ ਸੋਹਣੇ ਸੋਹਣੇ ਸੂਟਾਂ ਦੀ ਇੱਕ ਨਵੀਂ ਵੀਡੀਓ ਦੇ ਨਾਲ। ਤਦ ਤੱਕ ਤੁਸੀਂ ਇਹਨਾਂ ਸੂਟਸ 'ਤੇ ਆਰਡਰ ਕਰੋ ਬੁੱਕ।